ਸਰਕਾਰੀ ਨੌਕਰੀ ਹੁਣ ਸਾਰੇ ਤਾਂ ਡੀਸੀ ਲੱਗਦੇ ਨੇ ਡੀਸੀ ਦਾ 22 23 ਲੱਗਣਗੇ ਸਰਕਾਰੀ ਨੌਕਰੀਆਂ ਇੰਪੋਸੀਬਲ ਸਾਰੇ ਲੋਕਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਥਾਵਾਂ ਤੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਨੇ ਜਿਸ ਦਾ ਹਾਲਾਂਕਿ ਬੇਰੋਜ਼ਗਾਰ ਬੀਐਡ ਈਟੀਟੀ ਟੈਟ ਪਾਸ ਅਧਿਆਪਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਇਸ ਨੂੰ ਇੱਕ ਡਰਾਮੇਬਾਜ਼ੀ ਦੱਸਿਆ ਜਾ ਰਿਹਾ ਉੱਥੇ ਹੀ ਹੁਣ ਰੋਜ਼ਗਾਰ ਮੇਲਿਆਂ ਬਾਰੇ ਬੋਲਦੇ ਹੋਏ ਸਾਬਕਾ ਸਪੀਕਰ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਜੋ ਕਿ ਕਾਬਲੇ ਤਾਰੀਫ਼ ਹੈ ਇਸ ਸਭ ਵਿਚਕਾਰ ਜਦੋਂ ਪੱਤਰਕਾਰ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਕੈਪਟਨ ਸਰਕਾਰ ਨੇ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਤਾਂ ਉਹਨਾਂ ਜਵਾਬ ਦਿੱਤਾ ਕਿ ਹੁਣ ਸਾਰੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਡੀਸੀ ਨਹੀਂ ਲਾਇਆ ਜਾ ਸਕਦਾ ਸ੍ਰੀ ਚੜ੍ਹਨ ਦੇ ਲਈ ਅੱਜ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਰੁਜ਼ਗਾਰ ਮੇਲੇ ਲਾ ਕੇ ਇਹ ਜਿਹੜੀ ਪ੍ਰੋਮਿਸ ਸੀ ਉਹ ਪੂਰਾ ਕਰਨ ਦੀ ਸਰਕਾਰੀ ਨੌਕਰੀਆਂ ਤੁਸੀਂ ਸਾਰੇ ਪ੍ਰੈਸ ਵਾਲੇ ਤਾਂ ਵਾਲੇ ਗਿਆਨਵਾਨ ਹੁੰਦੇ ਆ ਉਹਨਾਂ ਨੂੰ ਤਾਂ ਜ਼ਿਆਦਾ ਪਤਾ ਸਰਕਾਰੀ ਨੌਕਰੀਆਂ ਇੰਪੋਸੀਬਲ ਸਾਰੇ ਲੋਕਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਰੁਜ਼ਗਾਰ ਮਿਲ ਸਕਦਾ ਰੁਜ਼ਗਾਰ ਇਹ ਚਾਹੇ ਕੋਈ ਖੇਤੀ ਕਰਦਾ ਚਾਹੇ ਕੋਈ ਕਿਸੇ ਪ੍ਰਾਈਵੇਟ ਅਦਾਰੇ 'ਚ ਕਰਦਾ ਚਾਹੇ ਕਿਸੇ ਫੈਕਟਰੀ 'ਚ ਕਰਦਾ ਕਿਸੇ ਸ਼ੈਲਰ 'ਤੇ ਲੱਗਿਆ ਕਿਸੇ ਆੜ੍ਹਤੀਏ 'ਤੇ ਲੱਗਿਆ ਕਿਸੇ ਪੰਪ 'ਤੇ ਲੱਗਿਆ ਕਿਸੇ ਏਜੰਸੀ 'ਚ ਲੱਗਿਆ ਦਿਸ ਇਜ਼ ਇੰਪਲਾਇਮੈਂਟ ਇੰਪਲਾਇਮੈਂਟ ਮੀਨਸ ਕਿ ਆਪਣੀ ਰੋਟੀ ਰੋਜੀ ਆਪ ਕਮਾਉਣ ਦੇ ਕਾਬਲ ਹੋਣਾ ਉਹਨੂੰ ਇੰਪਲਾਇਮੈਂਟ ਕਹਿੰਦੇ ਵੀ ਇੰਪਲਾਇਮੈਂਟ ਮਿਲ ਗਈ ਉਹਨੂੰ ਤਾਂ ਅੱਜ ਮੇਰਾ ਮਨ ਬਹੁਤ ਖੁਸ਼ ਹੈ ਕਿ ਸਾਡੀ ਐਡਮਿਨਿਸਟ੍ਰੇਸ਼ਨ ਨਾਲ ਕੈਪਟਨ ਸਾਹਿਬ ਦੀ ਸੋਚ ਨਾਲ ਜਿਸ ਤਰ੍ਹਾਂ ਦਾ ਇੱਥੇ ਉਪਰਾਲਾ ਕਰਕੇ ਕਾਫੀ 37-38 ਕੰਪਨੀਆਂ ਦੱਸਦੇ ਆ ਕਿ ਇੱਥੇ ਉਹਨਾਂ ਨੇ ਆਪਣੀ ਵਿਲਿੰਗ ਦਿੱਤੀ ਆ ਕਿ ਅਸੀਂ ਇਸ ਏਰੀਏ ਦੇ ਵਿੱਚੋਂ ਹਰ ਛੋਟੇ ਤੋਂ ਵੱਡੇ ਲੈਵਲ ਦੇ ਪੜ੍ਹੇ ਹੋਏ ਬੱਚਿਆਂ ਨੂੰ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਅਨੁਸਾਰ ਉਹਨਾਂ ਨੂੰ ਆਫਰ ਲੈਟਰ ਦਿੱਤੇ ਆ ਅਤੇ ਅੱਜ ਸੰਬੋਲਿਕ ਕੁਝ ਲੈਟਰ ਮੈਂ ਵੀ ਔਰ ਮਾਨਯੋਗ ਡੀ ਸਾਹਿਬ ਨੇ ਵੀ ਬੱਚਿਆਂ ਨੂੰ ਅਸੀਂ ਆਫਰ ਕੀਤੇ ਆ ਮੈਂ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਕਾਮਨਾ ਕਰਦਾ ਔਰ ਕੈਪਟਨ ਅਮਰਿੰਦਰ ਸਿੰਘ ਦਾ ਔਰ ਖਾਸ ਤੌਰ 'ਤੇ ਇੱਥੋਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਸ਼ਰਮਾ ਜੀ ਦਾ ਜਿਹਨੇ ਆਪਣੇ ਇਸ ਇੰਸਟੀਚਿਊਟ ਨੂੰ ਕਿਉਂਕਿ ਬਾਹਰੋਂ ਆਏ ਜੋ ਮਹਿਮਾਨ ਆਉਣੇ ਹੁਣ ਉਹ ਘਰ ਦਾ ਲਿਪ ਪੋਚਾ ਕਰਦੇ ਆ ਨਾ ਇਹਨਾਂ ਨੇ ਵੀ ਬਹੁਤ ਸੋਹਣੀ ਘਰ ਦੀ ਆਪਣੇ ਇੰਸਟੀਚਿਊਟ ਦੀ ਦਿੱਖ ਬਣਾਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬਾਕੀ ਰਹਿ ਗਏ ਆ ਉਹਨਾਂ ਨੂੰ ਵੀ ਮੌਕਾ ਮੁਹੱਈਆ ਕਰਾਂਗੇ ਤੁਸੀਂ ਕਿਹਾ ਸਰਕਾਰ ਪੋਸੀਬਲ ਨਹੀਂ ਕਿ ਸਰਕਾਰੀ ਨੌਕਰੀਆਂ ਲਈ ਪ੍ਰਾਈਵੇਟ ਸਰਕਾਰੀਆਂ ਲਈ ਪਰ ਸਰਕਾਰ ਨੇ ਤਾਂ ਵਾਅਦੇ ਕੀਤੇ ਸੀ ਸਰਕਾਰੀ ਨੌਕਰੀਆਂ ਉੱਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ ਜਾਣਗੇ ਸਰਕਾਰੀ ਮੇਰੇ ਤਾਂ ਯਾਦ ਨਹੀਂ ਭਰਾਵਾ ਤੈਨੂੰ ਯਾਦ ਹੋਊਗਾ ਮੈਨੂੰ ਪਤਾ ਰੁਜ਼ਗਾਰ ਦੀ ਗੱਲ ਤਾਂ ਜ਼ਰੂਰ ਆ ਦਿਸ ਇਜ਼ ਅਗੇਨ ਇੰਪਲਾਇਮੈਂਟ ਸਮਝੇ ਨਾ ਸਰਕਾਰੀ ਨੌਕਰੀ ਹੁਣ ਸਾਰੇ ਤਾਂ ਡੀਸੀ ਲੱਗਦੇ ਨੇ ਡੀਸੀ ਦਾ 22-23 ਲੱਗਣਗੇ ਜਿੰਨੇ ਜ਼ਿਲ੍ਹੇ ਆ ਉਹਨੇ SSP ਲੱਗਣਗੇ ਜਿੰਨੇ ਥਾਣੇ ਆ ਉਹਨੇ ਵੱਡੇ ਥਾਣੇਦਾਰ ਲੱਗਣਗੇ ਪਰ ਜਿਹੜੇ ਮੇਲਿਆਂ ਦੇ ਵਿੱਚ ਰੁਜ਼ਗਾਰ ਦਿੱਤਾ ਜਾ ਰਿਹਾ ਕੰਪਨੀਆਂ ਵੱਲੋਂ ਡਿਮਾਂਡ ਰੱਖੀ ਜਾਂਦੀ ਹੈ ਵੀ ਜੇ ਬਾਹਰਲੀ ਫਾਈਨੈਂਸ ਦਾ ਕੰਮ ਕਰਨਾ ਹੈਗਾ ਜਾਂ ਕੋਈ LIC ਦਾ ਕੰਮ ਕਰਨਾ ਉਹਦੇ ਕੋਲ ਬਾਈਕ ਹੋਣਾ ਜ਼ਰੂਰੀ ਹੈਗਾ ਲੈਪਟਾਪ ਹੋਣਾ ਜ਼ਰੂਰੀ ਹੈਗਾ ਇਹ ਡਿਮਾਂਡ ਕੀਤੀ ਜਾਂਦੀ ਹੈ ਜੇ ਬੇਰੁਜ਼ਗਾਰ ਕੋਲ ਕੋਈ ਯਾਰ ਇਹ ਯਾਰ ਕਿ ਅਸੀਂ ਜਿਹੜੀਆਂ ਅੱਜ ਬੈਂਕਾਂ ਬੁਲਾਈਆਂ ਕਿ ਇੰਪਲਾਇਮੈਂਟ ਦਾ ਮਤਲਬ ਵੀ ਆਰ ਨਾਟ ਡੂਇੰਗ ਐਨੀ ਡਰਾਮਾ ਵੀ ਆਰ ਪ੍ਰੋਵਾਈਡਿੰਗ ਇਨ ਫੈਕਚੁਅਲ ਪੋਜੀਸ਼ਨ ਇੰਪਲਾਇਮੈਂਟ ਬੱਚਾ ਮੈਂ ਜੋ ਸ਼ਬਦ ਚਾਰ ਬੋਲੇ ਆ ਆਈ ਡਿਡ ਨਾਟ ਕੰਸੀਲ ਐਨੀ ਫੈਕਚੁਅਲ ਪੋਜੀਸ਼ਨ ਦੂਜੇ ਪਾਸੇ ਰੁਜ਼ਗਾਰ ਮੇਲੇ 'ਚ ਪਹੁੰਚੇ ਨੌਜਵਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਕਾਰ ਵੱਲੋਂ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਨੇ ਜਿਸ ਵਿੱਚ ਕੋਈ ਵੀ ਨੌਕਰੀ ਪੜ੍ਹੇ ਲਿਖੇ ਨੌਜਵਾਨਾਂ ਨੂੰ ਸੰਤੁਸ਼ਟ ਕਰਨ ਵਾਲੀ ਨਹੀਂ ਹੈ ਮਾਈਸਲਫ ਰਾਜਦੀਪ ਸਿੰਘ ਮੇਰਾ ਪਿੰਡ ਥੇੜੀ ਆ ਅਤੇ ਥੇੜੀ ਤੋਂ ਅੱਜ ਅਸੀਂ ਆਪਣੇ ਰੁਜ਼ਗਾਰ ਮੇਲੇ 'ਚ ਆਏ ਸੀ ਅਤੇ ਇੱਥੇ ਇਹਨਾਂ ਨੇ ਜੋ ਜੋਬਾਂ ਕੱਢੀਆਂ ਪਹਿਲੀ ਗੱਲ ਤਾਂ ਵੀ ਉਹ ਜਿਹੜਾ ਕੰਮ ਆਖਿਆ ਉਹ ਲੈਵਲ ਤੋਂ ਬਹੁਤ ਉੱਤੇ ਆ ਠੀਕ ਹੈ ਅਤੇ ਜਿਵੇਂ 12ਵੀਂ ਬੇਸ 'ਤੇ ਇਹਨਾਂ ਨੇ ਫਾਈਨਾਂਸ ਵਾਲੀਆਂ ਕੱਢੀਆਂ ਵੀ ਕਲੈਕਸ਼ਨ ਕਰਨੀ ਅਤੇ ਉਹਦੇ ਵਾਸਤੇ ਮੰਨ ਕੇ ਇੱਕ ਮੋਟਰਸਾਈਕਲ ਚਾਹੀਦਾ ਹੀ ਚਾਹੀਦਾ ਤੁਹਾਡੇ ਕੋਲ ਚਾਹੀਦਾ ਅਤੇ ਬਾਅਦ 'ਚੋਂ ਕਹਿੰਦੇ ਵੀ ਟੈਲੀ ਵਗੈਰਾ ਵੀ ਕਰਨੀ ਉਹਦੇ 'ਚ ਉਹਦੇ ਵਾਸਤੇ ਲੈਪਟੋਪ ਵੀ ਚਾਹੀਦਾ ਜੇ ਇੰਨਾ ਸਮਾਨ ਹੀ ਬੰਦੇ ਕੋਲ ਫਿਰ ਇੱਥੇ ਥੋੜ੍ਹੀ ਆਉਂਦਾ ਇਹ ਤਾਂ ਮੰਨ ਕੇ ਚੱਲ ਵੀ ਆਪਣਾ ਦਿਮਾਗ ਡਿਵਾਈਡ ਕਰਨ ਵਾਸਤੇ ਵੋਟਾਂ ਦਾ ਕੰਮ ਹੈ ਅਤੇ ਇੱਧਰ ਆਪਣਾ ਕੰਪਨੀ ਲਾਇਆ ਵੀ ਲੱਗੇ ਵੀ ਸਰਕਾਰ ਕੋਲ ਕਰ ਰਹੀ ਹੈ ਸਰਕਾਰ ਦਾਵੇ ਕਰਦੀ ਹੈ ਵੀ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਪਹਿਲਾਂ ਵੀ 6 ਮੇਲੇ ਲਾ ਚੁੱਕਿਆ ਹੁਣ 7ਵਾਂ ਮੇਲਾ ਇਹ ਲੱਗਦਾ ਕੋਈ ਨੌਜਵਾਨ ਸਫਲ ਹੋਏ ਮੰਨ ਕੇ ਚੱਲੋ 6 ਮੇਲੇ ਲੱਗੇ ਹੁਣ ਇੱਥੇ ਹਜ਼ਾਰਾਂ ਦੇ ਹਿਸਾਬ 'ਤੇ ਇੰਨਾ ਇਕੱਠ ਥੋੜ੍ਹੀ ਹੋਵੇ ਮੰਨ ਕੇ ਚੱਲੋ ਹਰੇਕ ਸ਼ਹਿਰ 'ਚ ਰੁਜ਼ਗਾਰ ਮੇਲਾ ਹੁੰਦਾ ਹੈ ਜੇ ਹਰੇਕ 'ਚ ਹੀ ਰੁਜ਼ਗਾਰ ਮਿਲਦਾ ਹੋਵੇ ਬੰਦੇ ਨੂੰ ਨੇੜੇ ਨੇੜੇ ਮੰਨ ਕੇ ਚੱਲੋ ਇੱਥੋਂ ਰੁਜ਼ਗਾਰ ਮਿਲਦਾ ਬੰਦੇ ਨੂੰ ਚੰਡੀਗੜ੍ਹ ਮਾਲੀ ਸੁੱਟਦੇ ਆ ਬੰਦਾ ਘਰਦਿਆਂ ਦੂਰ ਹੋ ਗਿਆ 10,000 ਰੁਪਏ ਪਿੱਛੇ ਬੰਦਾ ਘਰਦਿਆਂ ਤੋਂ ਵੀ ਦੂਰ ਹੋਵੇ ਅਤੇ
ਇੰਨੀ ਵਾਟ ਵੀ ਜਾਵੇ ਉਹਦਾ ਕੋਈ ਧੁੱਕ ਨਹੀਂ ਬਣਦਾ ਹੈਗਾ, ਉਹਦੇ ਰਹਿਣਾ ਸਹਿਣਾ ਪਲੱਸ ਹੋਰ ਕਿੰਨੇ ਖਰਚੇ ਹੋ ਜਾਂਦੇ ਤੁਹਾਨੂੰ ਵੀ ਪਤਾ। ਸੈਟਿਸਫਾਈ ਨਹੀਂ ਦੱਸਦੇ ਤੁਸੀਂ? ਆਪਾਂ ਕੋਈ ਸੈਟਿਸਫਾਈ ਨਹੀਂ। ਥੈਂਕ ਯੂ ਸਰ। ਤੁਹਾਨੂੰ ਦੱਸ ਦਈਏ ਕਿ ਪੰਜਾਬ ਭਰ 'ਚ ਕੈਪਟਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਨੇ, ਪਰ ਉੱਥੇ ਹੀ ਪੜ੍ਹੇ ਲਿਖੇ ਨੌਜਵਾਨਾਂ ਦਾ ਇਲਜ਼ਾਮ ਹੈ ਕਿ ਕੈਪਟਨ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਪਿਛਲੇ 4.5 ਸਾਲਾਂ ਵਿੱਚ ਪੂਰਾ ਨਹੀਂ ਕੀਤਾ ਗਿਆ, ਅਤੇ ਹੁਣ ਰੁਜ਼ਗਾਰ ਮੇਲੇ ਲਗਾ ਕੇ ਨੌਜਵਾਨਾਂ ਨੂੰ ਪ੍ਰਾਈਵੇਟ ਕੰਪਨੀਆਂ 'ਚ ਨੌਕਰੀਆਂ ਦੇ ਕੇ ਮਹਿਜ ਇੱਕ ਡਰਾਮਾ ਕੀਤਾ ਜਾ ਰਿਹਾ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।